ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦਾ ਨਾਮ ਤੁਸੀਂ ਜਾਣਦੇ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹੈ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਗੁਰਪ੍ਰੀਤ ਸੰਧਾ ਵਾਲੀਏ ਨਾਲ ਵੀ ਸਵਾਲਾਂ ਦੇ ਜਵਾਬ ਦਿੰਦਿਆਂ ਡਿਸਕਸ਼ਨ ਕਰਦਿਆਂ ਵੇਖਿਆ। ਤੁਸੀਂ ਜਸਵਿੰਦਰ ਸਿੰਘ ਬਿੱਟਾ ਨਾਲ ਵੀ ਡਿਸਕਸ਼ਨ ਕਰਦਿਆਂ ਵੇਖਿਆ। ਤੁਸੀਂ ਚੰਡੀਗੜ੍ਹ ਤੋਂ ਆਨੰਦਪ੍ਰੀਤ ਤੇ ਅਮਿਤ ਨਾਲ ਵੀ ਡਿਸਕਸ਼ਨ ਕਰਦਿਆਂ ਵੇਖਿਆ ਤੇ ਮੈਂ ਸਵਾਲਾਂ ਦੇ ਜਵਾਬ ਮੇਰੇ ਵਾਸਤੇ ਤੇ ਇਹ ਬੱਚਿਆਂ ਵਰਗੇ ਨੇ। ਨਵਜਿੱਤ ਨੂੰ ਮੈਂ ਕਈਆਂ ਦਿਨਾਂ ਤੋਂ ਦੇ ਰਿਹਾ ਅੱਜ ਇਹ ਰਸਤਾ ਮੈਂ ਖੁਦ ਚੁਣਿਆ ਕਿ ਇੱਕ ਦਿਨ ਵਾਸਤੇ ਮੈਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦਾ ਸਿਰਫ ਇੱਕ ਬੰਦੇ ਦੇ ਸਵਾਲਾਂ ਦੇ ਜਵਾਬ ਦੇਣਾ ਚਾਹਨਾ ਉਹ ਬੰਦਾ ਜਤਿੰਦਰ ਪੰਨੂ ਹੈ ਜਿਹਦੇ ਆਪਣੇ ਅੰਦਰੋਂ ਇੰਨੇ ਸਵਾਲ ਅੱਜ ਉੱਠਦੇ ਪਏ ਆ ਕਿ ਉਹ ਜਵਾਬ ਮੰਗਦੇ ਆ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਸੁਝਦ ਮੈਂ ਪਿਛਲੇ 2 ਦਿਨਾਂ ਤੋਂ ਲਖੀਮਪੁਰ ਖੇੜੀ ਦੀਆਂ ਘਟਨਾਵਾਂ ਦੀਆਂ ਇੰਨੀਆਂ ਵੀਡੀਓ ਵੇਖੀਆਂ ਕਿ ਮਨ ਮੇਰਾ ਵੀ ਡਿਸਟਰਬ ਹੋਇਆ ਪਿਆ ਦੁਖੀ ਹੋਇਆ ਪਿਆ ਤੁਹਾਡੇ ਚੋਂ ਵੀ ਬਹੁਤ ਸਾਰਾੰਦਾ ਮੈਂ ਉਹ ਝੂਠ ਬਹੁਤ ਸੁਣਿਆ ਜਿਹੜੇ ਪ੍ਰਧਾਨ ਮੰਤਰੀ ਮੋਦੀ ਦੇ ਮਰੀਦ ਪ੍ਰਚਾਰ ਦੇ ਪਏ ਨੇ ਕਿਸਾਨੋ ਨੇ ਲਾਠੀਆਂ ਸੀ ਹਮਲਾ ਕਰ ਦਿਆ ਪੀਟ ਪੀਟ ਕਰ ਵਾਜਕ ਭਾਜਪਾ ਦੇ ਕਾਰਜਕਰਤਾਵਾਂ ਨੂੰ ਮਾਰ ਦਿਆ ਪਰ ਉਹ ਇਹ ਨਹੀਂ ਵਿਖਾਉਂਦੇ ਕਿ ਕਿਸਾਨ ਗੱਲਾਂ ਕਰਦੇ ਪਏ ਸਨ ਪਿੱਛੋਂ ਆ ਕੇ ਲਗਜ਼ਰੀ ਜੀਪ ਮਾਰੀ ਗਈ 60 ਸਾਲ ਦੇ ਬਜ਼ੁਰਗ ਦੇ ਪਿੱਠ ਵਿੱਚ ਵੱਜੀ ਉਹ ਆ ਕੇ ਜਿਹਨੇ ਲਾਠੀ ਮਾਰਨੀ ਹੁੰਦੀ ਉਧਰ ਨੂੰ ਪਿੱਠ ਨਹੀਂ ਕਰਦਾ ਗੱਲਾਂ ਕਰਦਿਆਂ ਨੂੰ ਪਿੱਛੋਂ ਆ ਕੇ ਲਾਠੀਆਂ ਮਾਰ ਕੇ ਜੀਪ ਮਾਰ ਕੇ ਮਾਰਿਆ ਗਿਆ ਫਿਰ ਕੁਚਲਿਆ ਗਿਆ ਉਹਦੇ ਉੱਪਰ ਦੀ ਗੱਡੀ ਪਹਿਲਾਂ ਜੀਪ ਲੰਘਦੀ ਹੈ ਫਿਰ ਕਾਰ ਲੰਘਦੀ ਹੈ ਕਾਰ ਦੇ ਵਿੱਚ ਕਹਿੰਦੇ ਆ ਕਰਿੰਦੇ ਸਨ ਤੇ ਜੀਪ ਦੇ ਵਿੱਚ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਸੀ ਇਹ ਸੱਚ ਕੀ ਹੈ ਝੂਠ ਕੀ ਹੈ ਇਹਨੂੰ ਇਸ ਵਕਤ ਲਕਾਉਣ ਦੇ ਵਾਸਤੇ ਯਤਨ ਕਿੱਥੋਂ ਕਿੱਥੋਂ ਤੱਕ ਹੋ ਰਿਹਾ ਇਹਦੇ ਚ ਨਿਆਪਾਲਿਕਾ ਤੱਕ ਪਹੁੰਚ ਕਰਕੇ ਸਰਕਾਰ ਕੀ ਕਰਾਉਣਾ ਚਾਹੁੰਦੀ ਹੈ ਇਸ ਮੁੱਦੇ ਦੇ ਉੱਤੇ ਨਿਆਪਾਲਿਕਾ ਸਵਾਲ ਉਠਾ ਰਹੀ ਹੈ ਇਸ ਮੁੱਦੇ ਤੇ ਲੋਕ ਵੀ ਸਵਾਲ ਉਠਾਉਂਦੇ ਆ ਇਸ ਮੁੱਦੇ ਤੇ ਮੇਰੇ ਅੰਦਰੋਂ ਵੀ ਉੱਬਲ ਉੱਬਲ ਕੇ ਸਵਾਲ ਉੱਠਦੇ ਆ ਉਹ ਜਿਹੜੇ ਸਵਾਲ ਉੱਠਦੇ ਆ ਜਵਾਬ ਮੰਗਦੇ ਆ ਮੇਰੇ ਸਾਹਮਣੇ ਇੱਕ ਸਵਾਲ ਪਿਆ देश की सुप्रीम कोर्ट पुछ रही है सुप्रीम कोर्ट ने सवाल किया है कि जब मामला दीन है तो विरोध प्रदर्शन क्यों सुप्रीम कोर्ट ने जंतर मंत्र पर सत्याग्रह की इजाजत मांग रही किसान महापंचायत से कहा कि कोर्ट पहले इस कानूनी सवाल पर विचार करेगा अगे ध्यान न सुनो कोर्ट ਇਸ ਕਾਨੂੰਨੀ ਸਵਾਲ ਪਰ ਵਿਚਾਰ ਕਰੇਗਾ ਕਿ ਕੀ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਪੂਰਨ ਅਧਿਕਾਰ ਹੈ ਜੇ ਲੋਕਤੰਤਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਵੀ ਪੂਰਨ ਅਧਿਕਾਰ ਨਹੀਂ ਤੇ ਫਿਰ ਲੋਕਤੰਤਰ ਕਾ ਦਾ ਫਿਰ ਰਹਿਣ ਦਿਓ ਚਾਰ ਪੰਜ ਵੱਡੇ ਘਰਾਣੇ ਆ ਵੱਡੀਆਂ ਜੋਕਾਂ ਦੇ ਵਾਸਤੇ ਜੋਕਤੰਤਰ ਬਣਾ ਕੇ ਰੱਖਦੇ ਹੀ ਅਸੀਂ ਇਹਦੇ ਤੋਂ ਅਗਲਾ ਸਵਾਲ ਹੋ ਰਿਹਾ ਜਿੱਥੋਂ ਮੇਰੇ ਮਨ 'ਚ ਉਬਾਲ ਉੱਠਦਾ ਪਿਆ ਭਾਰਤ ਦੀ ਸਰਕਾਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਕੇ ਕੇ ਵੇਨੂ ਗੋਪਾਲ ਨੇ ਕਿਹਾ ਉਹਨੇ ਕਿਹਾ ਲਖੀਮਪੁਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਭੂਖ ਵਿੱਚ ਅਜੇ ਹੀ ਕਿਸੇ ਵੀ ਅੰਦੋਲਨ ਦੇ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਜੇ ਦਾ ਕੀ ਮਤਲਬ ਹੈ ਕਿਸੇ ਪਿੰਡ ਦੇ ਵਿੱਚ ਜਾ ਕੇ ਕਿਸੇ ਅਖਲਾਕ ਖਾਨ ਦੇ ਘਰ ਦੇ ਉੱਤੇ ਭੀੜ ਹਮਲਾ ਕਰਦੇ ਵੀ ਉਹਦੀ ਤੇ ਆਗਿਆ ਹੋਣੀ ਚਾਹੀਦੀ ਹੈ ਨਾ ਰਾਜਸਥਾਨ ਦੇ ਵਿੱਚ ਲਵੇਰੀ ਗਾਂ ਲਈ ਜਾਂਦਾ ਹੋਵੇ ਦੁੱਧ ਵਾਸਤੇ ਹੋਵੇ ਪਹਿਲੂ ਖਾਨ ਉਹਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀ ਆਗਿਆ ਤਾਂ ਹੋਣੀ ਚਾਹੀਦੀ ਆ ਅਜੇਹੇ ਆਪਣੀ نسل ਤੇ ਫਸਲ ਵਾਸਤੇ ਲੜਦੇ ਲੋਕਾਂ ਦਾ ਜੇ ਵਿਰੋਧ ਪ੍ਰਦਰਸ਼ਨ ਹੋਵੇ ਉਹਦੀ ਕੋਈ ਆਗਿਆ ਨਹੀਂ ਹੋਣੀ ਚਾਹੀਦੀ ਮੇਰੇ ਸਾਹਮਣੇ ਇੱਕ ਸੰਵਿਧਾਨ ਦੀ ਕਾਪੀ ਪਈ ਹੈ ਉਹਦੇ ਵਿੱਚੋਂ ਹੁਣੇ ਮੈਂ ਤੁਹਾਡੇ ਲਈ ਕੱਢ ਕੇ ਲਿਆ ਇਹਦੇ ਵਿੱਚ ਧਾਰਾ 19(1) ਕਹਿੰਦੀ ਹੈ ਸੁਤੰਤਰਤਾ ਦਾ ਅਧਿਕਾਰ ਸਭ ਨਾਗਰਿਕਾਂ ਨੂੰ ਊੜਾ ਬੋਲਣ ਤੇ ਪ੍ਰਗਟਾਅ ਦੀ ਸੁਤੰਤਰਤਾ ਦਾ ਐੜਾ ਸ਼ਾਂਤੀਪੂਰਵਕ ਅਤੇ ਸ਼ਸਤਰਾਂ ਦੇ ਬਿਨਾ ਇਕੱਠੇ ਹੋਣ ਦਾ ਅਧਿਕਾਰ ਹੋਵੇਗਾ ਇੱਥੇ ਕਿਸਾਨਾਂ ਕੋਲ ਸ਼ਸਤਰ ਕੋਈ ਨਹੀਂ ਸੀ ਝੰਡੇ ਸੀ ਮੈਂ ਇੱਕ ਸਵਾਲ ਪੁੱਛਣਾ ਚਾਹਨਾ ਸਾਹਮਣੇ ਦਸਹਿਰਾ ਤੁਰਿਆ ਹੁੰਦਾ ਇਸ ਦਸਹਰੇ ਦੇ ਉੱਤੇ ਵਿਜੇ ਦਸਮੀ ਦਸ਼ਮੀ ਜਲੂਸ ਕੌਣ ਕੱਢਦਾ ਹੈ ਖਾਕੀ ਨਿਕਰਾਂ ਪਾ ਕੇ ਉਸ ਦਿਨ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਸ਼ਹਿਰਾਂ ਦੇ ਬਾਜ਼ਾਰਾਂ 'ਚੋਂ ਪ੍ਰੇਡ ਕਰਕੇ ਕੌਣ ਲੰਘਦੇ ਨੇ ਉਹ ਪਹਿਲਾਂ ਮੋਟਿਆਂ ਮੋਡਿਆਂ ਦੇ ਉੱਤੇ ਡਾਂਗਾਂ ਰੱਖਦੇ ਹੁੰਦੇ ਸੀ ਅੱਜ ਕੱਲ ਬੰਦੂਕਾਂ ਰੱਖਣ ਲੱਗ ਪਏ ਨੇ ਦੇਸ਼ ਦਾ ਸੰਵਿਧਾਨ ਕਹਿੰਦਾ ਸ਼ਾਂਤੀਪੂਰਵਕ ਤੇ ਸ਼ਸਤਰਾਂ ਦੇ ਬਿਨਾ ਇਹ ਸ਼ਸਤਰ ਲੈ ਕੇ ਵੀ ਮੁਜ਼ਾਹਰਾ ਕਰਨ ਬਾਜ਼ਾਰਾਂ ਵਿੱਚ ਇਹਨਾਂ ਨੂੰ ਤਾਂ ਅਧਿਕਾਰ ਹੋਣਾ ਚਾਹੀਦਾ ਪਰ ਆਮ ਲੋਕ ਇਕੱਠੇ ਹੋ ਕੇ ਸਿਰਫ ਕਾਲੇ ਝੰਡੇ ਵਿਖਾਉਣ ਇਹ ਜਿਹੜਾ ਅਧਿਕਾਰ ਸਾਰੀ ਦੁਨੀਆ 'ਚ ਮੰਨਿਆ ਗਿਆ ਉਹ ਵੀ ਦੇਸ਼ ਦੇ ਅਟਾਰਨੀ ਜਨਰਲ ਨੇ ਆਖਿਆ ਅਜਿਹੇ ਪ੍ਰਦਰਸ਼ਨ ਦਾ ਅਧਿਕਾਰ ਨਹੀਂ ਚਾਹੀਦਾ ਮੇਰੇ ਸਾਹਮਣੇ ਸਵਾਲ ਕੁਝ ਉੱਠਦੇ ਪਏ ਨੇ ਉਹ ਸਵਾਲਾਂ ਦਾ ਜਵਾਬ ਮੰਗਦਾ ਮੈਂ ਭਾਰਤ ਦਾ ਸੰਵਿਧਾਨ ਇੱਥੋਂ ਸ਼ੁਰੂ ਹੁੰਦਾ ਅਸੀਂ ਭਾਰਤ ਦੇ ਲੋਕ ਸ਼ੁਰੂ ਇੱਥੋਂ ਦਾ ਅਸੀਂ ਭਾਰਤ ਦੇ ਲੋਕ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭਤਾਧਾਰੀ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਲਈ ਉਸ ਦੇ ਸਭ ਨਾਗਰਿਕਾਂ ਨੂੰ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਵਿਚਾਰ ਪ੍ਰਗਟਾਵਾ ਵਿਸ਼ਵਾਸ ਧਰਮ ਤੇ ਉਪਾਸਨਾ ਦੀ ਸੁਤੰਤਰਤਾ ਪ੍ਰਤਿਸ਼ਠਾ ਅਤੇ ਅਵਸਰ ਦੀ ਸਮਤਾ ਯਾਨੀ ਬਰਾਬਰੀ ਪ੍ਰਾਪਤ ਕਰਾਉਣ ਲਈ ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ ਕਰਦੇ ਆਂ ਐਕਟ ਬਣਾਉਦੇ ਤੇ ਆਪਣੇ ਆਪ ਨੂੰ ਅਰਪਦੇ ਆ ਜਿਹੜਾ ਸੰਵਿਧਾਨ ਮੈਨੂੰ ਇਹ ਅਧਿਕਾਰ ਦਿੰਦਾ ਉਹ ਸੰਵਿਧਾਨ ਦੇ ਤੱਕ ਇਸ ਅਧਿਕਾਰ ਨੂੰ ਵਰਤਦਿਆਂ ਹੋਇਆ ਮੈਂ ਦੇਸ਼ ਦੇ ਸੁਪਰੀਮ ਕੋਰਟ ਦੇ ਸਾਹਮਣੇ ਕੋਈ ਸਵਾਲ ਮੇਰੇ ਮਨ ਚ ਉੱਠਦੇ ਆ ਜਿਹੜੇ ਰੱਖਣੇ ਚਾਹਨਾ ਮੈਂ ਦੇਸ਼ ਦੇ 135 40 ਕਰੋੜ ਲੋਕਾਂ ਸਾਹਮਣੇ ਸਵਾਲ ਰੱਖਣੇ ਚਾਹਨਾ ਮੈਂ ਤੁਹਾਡੇ ਸਾਰਿਆਂ ਸਾਹਮਣੇ ਸਵਾਲ ਰੱਖਣੇ ਚਾਹਨਾ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਕੱਲ ਮਾਨਯੋਗ ਜੱਜ ਸਾਹਿਬਾਨ ਨੇ ਆਖਿਆ ਜੇ ਜਦੋਂ ਲਖੀਮਪੁਰ ਵਰਗੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਸੱਚੀ ਮੁੱੱਚੀ ਕੋਈ ਨਹੀਂ ਲੈਂਦਾ ਮੈਂ ਹੁਣੇ ਦੱਸ ਕੇਟਿਆਂ akhlak khand ਦੇ ਘਰ ਜੋ ਕੁਝ ਹੋਇਆ ਸੀ ਉਹਦੀ ਜ਼ਿੰਮੇਵਾਰੀ ਕਿਸੇ ਨੇ ਲਈ ਮੈਂ ਉਹਨਾਂ ਗੱਲਾਂ ਨੂੰ ਛੱਡ ਦਿੰਨਾ ਮੈਂ ਪੁੱਛਣਾ ਚਾਹਨਾ ਕਿ ਸੁਪਰੀਮ ਕੋਰਟ ਦੇ ਅਹਾਤੇ ਚ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਕੈਬਨ ਉਹਦਾ ਚੈਂਬਰ ਉਹ ਚੈਂਬਰ ਚ ਜਾ ਕੇ ਉਹਨੂੰ ਰੀਜਨਲ ਕੁੱਟਿਆ ਗਿਆ। ਬਹੁਤ ਕੁੱਟਿਆ ਗਿਆ। ਜਿਹੜਾ ਕੁੱਟਣ ਵਾਲਾ ਬੰਦਾ ਸੀ ਉਹਦੇ ਖਿਲਾਫ ਅਜੇ ਤੱਕ ਕਾਰਵਾਈ ਕੀ ਹੋਈ ਆ? ਕਾਰਵਾਈ ਹੋਣ ਲੱਗੀ ਤੇ ਕਹਿੰਦੇ ਉਹਦੇ ਤੋਂ ਥੋੜਾ ਬਹੁਤ ਨਾ ਟ੍ਰੀਟਮੈਂਟ ਚੱਲਦਾ ਪਿਆ। ਪਰ ਇੱਕ ਹਫ਼ਤੇ ਬਾਅਦ ਉਹਨੂੰ ਦੇਸ਼ ਦੇ ਉੱਤੇ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਕੌਮੀ ਬੁਲਾਰਾ ਬਣਾ ਦਿੱਤਾ। ਇਹ ਸਵਾਲ ਕਦੇ ਕਿਸੇ ਅਦਾਲਤ ਵਿੱਚ ਵਿਚਾਰਿਆ ਕਿਉਂ ਨਹੀਂ ਗਿਆ? ਇਹਦਾ ਫਿਰ ਬਾਅਦ ਵਿੱਚ ਕੀ ਬਣਿਆ? ਉਸ ਬੰਦੇ ਨੂੰ ਕੋਈ ਸਜ਼ਾ ਮਿਲੀ ਕਿ ਨਹੀਂ ਮਿਲੀ? ਕਨਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੱਜ ਦੇ ਚੈਂਬਰ ਵਿੱਚ ਭਾਜਪਾ ਪੱਖੀ ਵਕੀਲਾਂ ਨੇ ਉਹਨੂੰ ਕੁੱਟਿਆ ਸੁਪਰੀਮ ਕੋਰਟ ਦੇ ਵਿੱਚੋਂ ਵਕੀਲਾਂ ਦਾ ਸੀਨੀਅਰ ਵਕੀਲਾਂ ਦਾ ਡੈਪੂਟੇਸ਼ਨ ਵੇਖਣ ਵਾਸਤੇ ਗਿਆ ਉਹ ਡੈਲੀਗੇਸ਼ਨ ਜਿਹੜਾ ਗਿਆ ਸੀ ਵੇਖਣ ਉਹਨੇ ਆ ਕੇ ਰਿਪੋਰਟ ਦਿੱਤੀ ਕੀ ਬਣਿਆ ਇਸ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਰਾਜ ਮੰਤਰੀ ਨੇ ਪਹਿਲਾ ਪ੍ਰਧਾਨ ਮੰਤਰੀ ਹੁੰਦਾ ਅੱਗੇ ਕੈਬਨਿਟ ਮੰਤਰੀ ਹੁੰਦੇ ਅੱਗੇ ਰਾਜ ਮੰਤਰੀ ਹੁੰਦੇ ਆ ਰਾਜ ਮੰਤਰੀ ਨੇ ਦੇਸ਼ ਦੀ ਰਾਜਧਾਨੀ ਚ ਨਾਰੇ ਲਾਏ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ ਉਹਨਾਂ ਕੀ ਸਜ਼ਾ ਦਿੱਤੀ ਗਈ ਸਜ਼ਾ ਦੇਣ ਦੇ ਬਜਾਏ ਅਗਲੀ ਵਾਰੀ ਜਦੋਂ ਮੰਤਰੀ ਮੰਡਲ ਚ ਵਾਧੇ ਘਾਟੇ ਹੋਏ ਉਹਨੂੰ ਪ੍ਰੋਮੋਟ ਕਰਕੇ ਵੱਡਾ ਮੰਤਰੀ ਬਣਾ ਦਿੱਤਾ ਗਿਆ ਹੋਰ ਵੱਡਾ ਕਰ ਦਿੱਤਾ ਗਿਆ ਕਿਉਂ ਕਿ ਕਿਉਂਕਿ ਕੁਆਲੀਫਾਈ ਕਰ ਗਿਆ ਸੀ ਇੱਕ ਇਸ ਤਰ੍ਹਾਂ ਦੀ ਤਕਰੀਰ ਕਰਕੇ ਇੱਦਾਂ ਤੇ ਬਹੁਤ ਸਾਰੇ ਸਵਾਲ ਐ ਇੱਕ ਸਵਾਲ ਅੱਜ ਕੱਲ੍ਹ ਉਹ ਥਾਂ ਥਾਂ ਤੇ ਉਠਾਇਆ ਜਾਂਦਾ ਜਿਹੜਾ ਕੋਈ ਸਰਕਾਰ ਦੀ ਕਿਸੇ ਗਲਤ ਤੇ ਕਿੰਤੂ ਪ੍ਰੰਤੂ ਕਰੇ ਕਹਿੰਦੇ ਟੁਕੜੇ ਟੁਕੜੇ ਗੈਂਗ ਦਾ ਮੈਂਬਰ ਹੈ ਦੇਸ਼ ਦੀ ਪਾਰਲੀਮੈਂਟ 'ਚ ਸਵਾਲ ਪੁੱਛਿਆ ਗਿਆ ਕੀ ਇਸ ਦੇਸ਼ ਦੇ ਵਿੱਚ ਕੋਈ ਟੁਕੜੇ ਟੁਕੜੇ ਗੈਂਗ ਵੀ ਹੈਗਾ ਇਸੇ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਆਖਿਆ ਹੋਇਆ ਕੋਈ ਗੈਂਗ ਸਾਡੇ ਕੋਲ ਨਹੀਂ ਦੇਸ਼ ਦੇ ਕ੍ਰਾਈਮ ਰਿਕਾਰਡ 'ਤੇ ਹੋਇਆ ਕੋਈ ਗੈਂਗ ਨਹੀਂ ਇਹਦੇ باوجود ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਤੇ ਪਾਰਲੀਮੈਂਟ ਮੈਂਬਰ ਉੱਠ ਕੇ ਜਿਹੜਾ ਇਹਨਾਂ ਦਾ ਵਿਰੋਧ ਕਰੇ ਉਹਨੂੰ ਟੁਕੜੇ ਟੁਕੜੇ ਗੈਂਗ ਦਾ ਮੈਂਬਰ ਦੱਸਦੇ ਨੇ ਕਿ ਕਦੇ ਇਹਦਾ ਕਿਸੇ ਨੇ ਨੋਟਿਸ ਲਿਆ ਕਿਸਾਨਾਂ ਦੇ ਖਿਲਾਫ ਤਿੰਨ ਖੇਤੀ ਬਿੱਲ ਪਾਸ ਹੋ ਗਏ ਉਹਨਾਂ ਦੇ ਉੱਤੇ ਮਤ ਪੇਦ ਹੋ ਸਕਦੇ ਆ ਸਰਕਾਰ ਆਪਣਾ ਪੱਖ ਰੱਖ ਕੇ ਕਿਸਾਨ ਆਪਣਾ ਰੱਖਦੇ ਆ ਇਹ ਡੈਮੋਕ੍ਰੇਸੀ ਜਾਂ ਲੋਕਤੰਤਰ ਉਹਨਾਂ ਨੂੰ ਅਧਿਕਾਰ ਮਿਲਿਆ ਉਸ ਅਧਿਕਾਰ ਦੀ ਵਰਤੋਂ ਕਰਕੇ ਗਏ ਰਾਜਧਾਨੀ 'ਚ ਵੜਨ ਨਹੀਂ ਦਿੱਤੇ ਗਏ ਆਖਿਆ ਨਹੀਂ ਨਹੀਂ ਉੱਥੇ ਇੰਨੀ ਭੀੜ ਇਕੱਠੀ ਹੋ ਗਈ ਇਹ ਗਲਤ ਹੋਵੇਗਾ ਨਹੀਂ ਵੜਨ ਦਿੱਤੇ ਗਏ ਅੱਜ ਇੱਕ ਜਥੇਬੰਦੀ ਨੇ ਜਾ ਕੇ ਸੁਪਰੀਮ ਕੋਰਟ ਵਿੱਚ ਅਰਜੀ ਦਿੱਤੀ ਹੋਈ ਹੈ ਤੇ ਉਹਦੇ ਉੱਤੇ ਬਹਿਸ ਹੋ ਰਹੀ ਹੈ ਕਿ ਇਹਨਾਂ ਲੋਕਾਂ ਨੇ ਰਸਤੇ ਰੋਕੇ ਰਸਤੇ ਤਾਂ ਉਹਨਾਂ ਨੇ ਰੋਕੇ ਹੀ ਨਹੀਂ ਰਸਤੇ ਤਾਂ ਦਿੱਲੀ ਦੀ ਪੁਲਿਸ ਨੇ ਰੋਕੇ ਸੀ ਮਹਿੰਗੇ ਪਾਸ ਸੜਕਾਂ ਬਣਾਈਆਂ ਸਨ ਲੱਖਾਂ ਰੁਪਇਆ ਕਰੋੜਾਂ ਰੁਪਇਆ ਖਰਚ ਕੇ ਜਿਸੀ ਵੀ ਮਸ਼ੀਨਾਂ ਤੇ ਕਰੇਨਾਂ ਨੂੰ ਲਿਆ ਕੇ ਇਸ ਤਰ੍ਹਾਂ ਪੁੱਟ ਦਿੱਤੀਆਂ ਜਿਵੇਂ ਪਾਕਿਸਤਾਨ ਦੇ ਟੈਂਕ ਆਉਂਦੇ ਰੋਕਣੇ ਹੁੰਦੇ ਆ ਉਹ ਕਿਸਾਨ ਉੱਥੇ ਜਿੱਥੋਂ ਤੱਕ ਸੜਕ ਜਾਂਦੀ ਸੀ ਉੱਥੇ ਜਾ ਕੇ ਬੈਠ ਗਏ ਸੜਕਾਂ ਤਾਂ ਸਰਕਾਰ ਨੇ ਰੋਕੀਆਂ ਨੇ ਬਦਨਾਮੀ ਕਿਸਾਨਾਂ ਦੀ ਹੋ ਰਹੀ ਹੈ ਔਰ ਕਿੰਨੀ ਹੋ ਰਹੀ ਹੈ ਭਾਰਤ ਦੀ ਸਰਕਾਰ ਦੇ ਇੱਕ ਕੇਂਦਰੀ ਮੰਤਰੀ ਨੇ ਮਹਾਰਾਸ਼ਟਰ ਚ ਜਾ ਕੇ ਆਖਿਆ ਇਹ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਪਏ ਕਿਸਾਨ ਨੇ ਕਿਸਾਨ ਨਹੀਂ ਇਹ ਪਾਕਿਸਤਾਨ ਦੇ ਏਜੰਟ ਨੇ ਜਦੋਂ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਢਿੱਡ ਦੀ ਲੜਾਈ ਲੜਦੇ ਪਏ ਆ ਪਾਕਿਸਤਾਨ ਦੇ ਏਜੰਟ ਆਖਿਆ ਗਿਆ ਕਿ ਕਦੇ ਇਸ ਗੱਲ ਦਾ ਕਿਸੇ ਨੇ ਨੋਟਿਸ ਲਿਆ ਮੈਂ ਇਨਾਂ ਗੱਲਾਂ ਦੇ ਉੱਤੇ ਜਾਂਦਿਆਂ-ਜਾਂਦਿਆਂ ਬਹੁਤ ਸਾਰੇ ਸਵਾਲ ਨੇ ਮੇਰੇ ਕੋਲ ਜਿਹੜੇ ਪੁੱਛ ਸਕਦਾ ਪੁੱਛਣੋਂ ਤਾਂ ਮੈਂ ਇਹ ਵੀ ਪੁੱਛਾਂਗਾ ਕਿ ਜਿਹੜੇ ਆਧਾਰ ਕਾਰਡ ਜਦੋਂ ਸ਼ੁਰੂ ਹੋਇਆ ਪਿਛਲੀ ਸਰਕਾਰ ਵੇਲੇ ਇਹ ਕਹਿੰਦੇ ਹੁੰਦੇ ਸੀ ਆਧਾਰ ਕਾਰਡ ਨਹੀਂ ਇਹ ਤਾਂ ਫਰਾਡ ਕਾਰਡ ਉਹਨਾਂ ਨੇ ਆ ਕੇ ਹਰ ਚੀਜ਼ੇ ਆਧਾਰ ਕਾਰਡ ਨਾਲ ਜੋੜ ਦਿੱਤੀ ਲੋਕੀ ਤਾਂ ਹੁਣ ਮਜ਼ਾਕ ਕਰਦੇ ਆ ਕਹਿੰਦੇ ਰਾਤ ਨੂੰ ਜਿਹੜੀਆਂ ਦੋ ਬੁਰਕੀਆਂ ਰੋਟੀ ਖਾਣੀ ਉਹ ਵੀ ਪਹਿਲਾਂ ਤੁਹਾਡੀ ਥਾਲੀ ਆਧਾਰ ਕਾਰਡ ਨਾਲ ਅਟੈਚ ਹੋਈ ਹੋਣੀ ਚਾਹੀਦੀ ਹੈ ਇਹ ਉਦੋਂ ਫਰਾਡ ਕਾਰਡ ਕਿਉਂ ਕਹਿੰਦੇ ਸੀ ਤੇ ਅੱਜ ਆਧਾਰ ਕਾਰਡ ਨੂੰ ਇੰਨਾ ਜ਼ਰੂਰੀ ਮੰਨਣਾ ਪਿਆ ਇਹਦਾ ਕਦੇ ਕਿਸੇ ਨੇ ਨੋਟਿਸ ਲਿਆ ਮੈਂ ਇਹ ਵੀ ਪੁੱਛਣਾ ਚਾਹਨਾ ਕਿਥੇ ਪੀਐਮ ਕੇਅਰਸ ਫੰਡ ਦਾ ਬਹੁਤ ਰੌਲਾ ਪਿਆ ਸਰਕਾਰ ਚਲਾਉਣ ਵਾਲੇ ਲੋਕਾਂ ਨੇ ਚਲਾ ਲਿਆ ਹੁਣ ਜਾ ਕੇ ਪਾਰਲੀਮੈਂਟ ਉਥੇ ਸੁਪਰੀਮ ਕੋਰਟ ਵਿੱਚ ਕਹਿਤਾ ਕਿ ਸਾਡਾ ਪ੍ਰਾਈਵੇਟ ਫੰਡ ਹੈ ਜਿਹੜੇ ਫੰਡ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹਦੇ ਟਰਸਟੀਆਂ ਚ ਗ੍ਰਹਿ ਮੰਤਰੀ ਹੋਵੇ ਖਜ਼ਾਨਾ ਮੰਤਰੀ ਹੋਵੇ ਰੱਖਿਆ ਮੰਤਰੀ ਹੋਵੇ ਸਾਰੇ ਲੋਕ ਉਹ ਹੋਣ ਜਿਹੜੇ ਸਰਕਾਰ ਚਲਾ ਰਹੇ ਨੇ ਉਹਦੇ ਉੱਤੇ ਜਿਹੜਾ ਭਾਰਤ ਸਰਕਾਰ ਦਾ ਨਿਸ਼ਾਨ ਹੈ ਚਾਰ ਛੇਰਾਂ ਵਾਲਾ ਜਿਹਦੇ ਤਿੰਨ ਛੇਰ ਦਿਸਦੇ ਚੌਥਾ ਵਿਚਾਰਾ ਲੁਕਿਆ ਪਤਾ ਨਹੀਂ ਕਿਉਂ ਲੁਕਿਆ ਉਹ ਜਿਹੜਾ ਨਿਸ਼ਾਨ ਹੈ ਉਹਦੇ ਉੱਤੇ ਵਰਤਿਆ ਜਾਂਦਾ ਹੋਵੇ ਹਾਲਾਂਕਿ ਦੇ ਬਾਰੇ ਇੱਕ ਕਾਨੂੰਨੀ ਕੋਡ ਹੈ ਜਿਹਦਾ ਕਰਕੇ ਉਹ ਨਿਸ਼ਾਨ ਹਰ ਕੋਈ ਜਣਾ ਖਣਾ ਨਹੀਂ ਵਰਤ ਸਕਦਾ ਜੋ ਪ੍ਰਾਈਵੇਟ ਹੈ ਉਹਦੇ ਉੱਤੇ ਵਰਤਿਆ ਕੋਈ ਜਾ ਰਿਹਾ ਉਹਨੂੰ ਭਾਰਤ ਸਰਕਾਰ ਦਾ ਜਿਹੜਾ ਆਪਣਾ ਸਰਵਰ ਆ ਉਹਦੇ ਉੱਤੇ ਥਾਂ ਕਿਉਂ ਦਿੱਤੀ ਗਈ ਹੈ ਕਹਿੰਦੇ ਪ੍ਰਾਈਵੇਟ ਹੈ ਜੇ ਪ੍ਰਾਈਵੇਟ ਹੋਵੇ ਕੀ ਪ੍ਰਾਈਵੇਟ ਦੇ ਵਿੱਚ ਹਰ ਕਿਸ ਨੂੰ ਵੀ ਅਧਿਕਾਰ ਤੁਸੀਂ ਦੇ ਸਕਦੇ ਆ ਇਸ ਦੇਸ਼ ਦੀ 135 40 ਕਰੋੜ 40 ਕਰੋੜ ਨਾਗਰਿਕਾਂ ਦੇ ਵਿੱਚੋਂ ਇੱਕ ਨਾਗਰਿਕ ਜਤਿੰਦਰ ਪੰਨੋ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਕੱਲ ਨੂੰ ਇਸੇ ਤਰ੍ਹਾਂ ਮੈਂ ਆਖਾਂ ਪ੍ਰਾਈਮ ਮਿਨਿਸਟਰ ਕੇਅਰ ਫੰਡ ਇਹਦੇ ਵਰਗਾ ਫੰਡ ਮੈਂ ਕ੍ਰੀਏਟ ਕਰਨਾ ਚਾਹੁੰਦਾ ਮੈਂ ਬਣਾਉਣਾ ਚਾਹੁੰਦਾ ਕਿ ਤੁਸੀਂ ਮੈਨੂੰ ਆਗਿਆ ਦਿਓਗੇ ਇਸ ਗੱਲ ਦੀ ਕੀ ਮੈਨੂੰ ਉੱਥੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇੱਕ ਕਮਰਾ ਦੇ ਦੇਓ ਕਿ ਮੈਂ ਵੀ ਇਹੋ ਜਿਹਾ ਫੰਡ ਚਲਾ ਲਾਂ ਕੀ ਕਦੇ ਕਿਸੇ ਨੇ ਉਹਨਾਂ ਦੀ ਪੁਣਛਾਣ ਕੀਤੀ ਇਹ ਵੀ ਸਵਾਲ ਬੜੀ ਵਾਰ ਉੱਠਿਆ ਤੇ ਸਵਾਲ ਤਾਂ ਮਾਨਯੋਗ ਮੀਲਾਡ ਮਾਨਯੋਗ ਜੱਜ ਸਾਹਿਬ ਹੋਰ ਵੀ ਉੱਠੇ ਨੇ ਸਵਾਲ ਤਾਂ ਇਹ ਵੀ ਉੱਠਦਾ ਵੀ ਇੱਕ ਵਾਰੀ ਦੇਸ਼ ਦੀ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਆਪਣੇ ਚੀਫ ਜਸਟਿਸ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਚਾਰ ਜੱਜ ਕੌਣ ਸਨ ਜਸਟਿਸ ਰੰਜਨ ਗੋਗੋਈ ਜਸਟਿਸ ਜੇਚੇਲਾ ਮੇਸ਼ਵਰ ਜਸਟਿਸ ਕੋਰੀਨ ਜੋਸੇਫ ਜਸਟਿਸ ਮਦਨ ਵੀ ਲੋਕਰ ਕਿ ਉਹਨਾਂ ਨੇ ਆਖਿਆ ਇਹ ਸੀ ਕਿ ਦੇਸ਼ ਦੀ ਡੈਮੋਕ੍ਰੇਸੀ ਐਸ ਵੇਲੇ ਖਤਰੇ ਚ ਡੈਮੋਕ੍ਰੇਸੀ ਇਨ ਡੇਂਜਰ ਤੇ ਦੋਸ਼ ਕੀਤੇ ਲਾਇਏ ਸਨ ਸਾਰੇ ਦੇਸ਼ ਦੇ ਚੀਫ ਜਸਟਿਸ ਤੇ ਕੀ ਉਹ ਮੁੱਦਾ ਅੱਜ ਤੱਕ ਕਦੇ ਸੁਪਰੀਮ ਕੋਰਟ ਨੇ ਕਿਸੇ ਸਿਰੇ ਲਾਇਆ ਕਿ ਉਹਨਾਂ ਚਾਰ ਜੱਜਾਂ ਨੇ ਦੇਸ਼ ਦੇ ਚੀਫ ਜਸਟਿਸ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੀ ਅੱਜ ਤੱਕ ਕਦੇ ਕਿਸੇ ਨੇ ਕੀਤੀ ਨਹੀਂ ਸੀ ਉਹ ਮੁੱਦਾ ਲਟਕਦਾ ਕਿਉਂ ਰਹਿ ਗਿਆ ਇਹ ਮੁੱਦੇ ਲਟਕਦੇ ਕਿਉਂ ਰਹਿ ਜਾਂਦੇ ਆ ਸਵਾਲ ਤਾਂ ਲੋਕ ਵੀ ਪੁੱਛਦੇ ਆ ਸਵਾਲ ਤਾਂ ਲੋਕ ਵੀ ਪੁੱਛਦੇ ਆ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਪੋਪਾਲ ਦੇ ਵਿੱਚ ਯੂਨੀਅਨ ਕਾਰਬਾਈਡ ਕੰਪਨੀ ਜਿਹੜੀ ਹੈ ਉਹਦੀ ਗੈਸ ਲੀਕ ਹੋ ਗਈ ਹਜ਼ਾਰਾਂ ਦੀ ਗਿਣਤੀ ਚ ਲੋਕ ਮਰ ਗਏ ਜਦੋਂ ਇੰਨੇ ਲੋਕ ਮਰ ਗਏ ਤੇ ਉਹਨਾਂ ਦਾ ਕੇਸ ਚੱਲਦਾ ਪਿਆ ਸੀ ਸਪਰੀਮ ਕੋਰਟ ਦੇ ਵਿੱਚ ਬੈਠੇ ਇੱਕ ਜੱਜ ਨੇ ਉਸ ਕੇਸ ਦੇ ਵਿੱਚ ਸਜ਼ਾ ਨਰਮ ਕਰਵਾਉਣ ਵਾਸਤੇ ਇਹ ਕਹਿ ਤੈ ਤਾਂ ਇਦਾਂ ਹੀ ਆ ਜਿਵੇਂ ਅੱਡੇ ਤੇ ਲੋਕ ਬੱਸ ਉਡੀਕਦੇ ਹੋਣ ਤੇ ਇੱਕ ਟਰੱਕ ਵਾਲਾ ਆ ਰਿਹਾ ਉਹਨੂੰ ਨੀਂਦ ਆ ਗਈ ਤੇ ਲੋਕਾਂ ਦੇ ਉੱਤੇ ਟਰੱਕ ਜਾ ਕੇ ਡਾ ਚੜਾ ਐਡਾ ਤਾਂ ਕੋਈ ਜ਼ਿਆਦਾ ਕਸੂਰ ਨਹੀਂਗਾ ਇਹਦੇ ਉੱਤੇ ਰੌਲਾ ਪਿਆ ਉਹ ਜੱਜ ਸਾਹਿਬ ਰਿਟਾਇਰ ਹੋ ਗਏ ਉਸੇ ਯੂਨੀਅਨ ਕਾਰਬੋਨਾਈਡ ਕੰਪਨੀ ਜਿਹੜੀ ਨਵੀਂ ਕੰਪਨੀ ਬਣੀ ਸੀ ਉਹਨਾਂ ਨੇ ਇੱਕ ਹਸਪਤਾਲ ਬਣਾ ਲਿਆ ਜਿੰਨੀ ਤਨਖਾਹ ਸੁਪਰੀਮ ਕੋਰਟ ਦੇ ਜੱਜ ਦੀ ਹੁੰਦੀ ਆ ਉਨੀ ਉਸ ਜੱਜ ਨੂੰ ਦੇਣੀ ਸ਼ੁਰੂ ਕਰ ਦਿੱਤੀ ਜਿਨੇ ਆਖਿਆ ਸੀ ਇਹ ਤੇ ਕੋਈ ਵੱਡੀ ਗੱਲ ਨਹੀਂ ਲੋਕ ਅੱਡੇ ਤੇ ਬੱਸ ਦੇਖਦੇ ਸੀ ਤੇ ਉਹਨਾਂ ਤੇ ਟਰੱਕ ਆ ਚੜਿਆ ਜਦੋਂ ਉਹਦਾ ਰੌਲਾ ਪਿਆ ਉਹ ਜੱਜ ਨੂੰ ਅਸਤੀਫਾ ਦੇਣਾ ਪਿਆ ਪਰ ਕੀ ਅੱਜ ਤੱਕ ਉਸ ਕੇਸ ਦੇ ਵਿੱਚ ਇਹ ਰਿਵਿਊ ਕਰਨ ਦਾ ਯਤਨ ਕੀਤਾ ਗਿਆ ਕਿ ਉਹਦੇ ਪਿੱਛੇ ਕਾਰਨ ਕੀ ਸੀ ਉਹ ਜੱਜ ਸਾਹਿਬ ਨੇ ਕਿਉਂ ਕੀਤਾ ਕੀ ਕਦੇ ਕਿਸੇ ਨੇ ਇਹ ਵੇਖਣ ਦਾ ਯਤਨ ਕੀਤਾ ਕੈਸੀ ਜਿਹੜਾ ਵਾਰਨ ਐਂਡਰਸਨ ਜਿਹੜਾ ਜਿਹੜਾ ਉਹਦਾ ਉਸ ਕੰਪਨੀ ਦਾ ਯੂਨੀਅਨ ਕਾਰਬਾਈਡ ਦਾ ਚੇਅਰਮੈਨ ਸੀ ਉਹ ਦੇ ਮਗਰ ਭੱਜੇ ਫਿਰਦੇ ਰਹੇ ਅਮਰੀਕਾ ਵੱਲ ਚੇਅਰਮੈਨ ਤੇ ਇੱਥੇ ਕੰਪਨੀ ਨਹੀਂ ਸੀ ਚਲਾਉਂਦਾ ਜਿਹੜਾ ਭਾਰਤ ਵਿੱਚ ਬੈਠਾ ਬੰਦਾ ਕੰਪਨੀ ਚਲਾਉਂਦਾ ਸੀ ਅਸਲ ਦੋਸ਼ੀ ਉਹ ਸੀ ਜ਼ਿੰਮੇਵਾਰ ਉਹ ਸੀ ਉਹ ਅੱਜ ਵੀ ਇੱਥੇ ਆ ਉਹਦੇ ਵਾਸਤੇ ਭਾਰਤ ਸਰਕਾਰ ਨੇ ਇੱਕ ਵਾਰੀ ਪਦਮਸ਼੍ਰੀ ਰਿਕਮੈਂਡ ਕਰ ਦਿੱਤਾ ਉਹ ਉਸ ਕਾਂਡ ਦਾ ਮੁੱਖ ਦੋਸ਼ੀ ਸੀ ਪਰ ਉਹਨੂੰ ਅਦਾਲਤ ਨੇ ਸਜ਼ਾ ਵੀ ਦਿੱਤੀ ਹੋਈ ਸੀ ਸਜਾ ਦੇ باوجود ਉਹ ਕਦੇ ਉੱਥੇ ਨਹੀਂ ਅਦਾ ਜੇਲ੍ਹ ਵਿੱਚ ਨਹੀਂ ਗਿਆ ਸਵਾਲ ਤਾਂ ਇਹ ਵੀ ਲੋਕਾਂ ਕੋਲ ਦਾ ਕਿ ਅਦਾਲਤੀ ਸਿਸਟਮ ਇਹੋ ਜਿਹੇ ਲੋਕਾਂ ਵਾਸਤੇ ਨਰਮ ਕਿਉਂ ਹੋ ਜਾਂਦਾ ਸਵਾਲ ਤਾਂ ਇਹ ਵੀ ਉੱਠਦਾ ਕਿ ਜਿੰਨਾ ਕੇਸਾਂ ਦੇ ਵਿੱਚ 2-2 3-3 4-4 ਮਹੀਨੇ ਦੀ ਸਜ਼ਾ ਉਹਨਾਂ ਕੇਸਾਂ 'ਚ ਬੈਠੇ ਗ੍ਰਿਫਤਾਰ ਕੀਤੇ ਲੋਕ ਜਿਨ੍ਹਾਂ ਵਿੱਚ 3-3 4-4 ਸਾਲ ਬੈਠੇ ਰਹਿੰਦੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਪਰ ਜੇ ਕੋਈ ਵੱਡਾ ਆਦਮੀ ਫੜਿਆ ਜਾਵੇ ਗ੍ਰਿਫਤਾਰੀ ਹੋ ਜਾਵੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਅੱਧੀ ਰਾਤ ਨੂੰ ਵੀ ਅਦਾਲਤਾਂ ਬੈਠਦੀਆਂ ਤੇ ਉਹਨਾਂ ਨੂੰ ਛੜਛਾੜ ਦਿੱਤਾ ਜਾਂਦਾ ਹੈ। ਉਹਦੇ ਵਾਸਤੇ ਰਾਹ ਨਿਕਲੋਂਦੇ ਆ। ਇਹ ਕਿਉਂ ਹੋ ਜਾਂਦਾ? ਇਹੋ ਜਿਹੀਆਂ ਗੱਲਾਂ ਕਿਉਂ ਹੁੰਦੀਆਂ? ਕਿ ਇੱਕ ਜੱਜ ਸਾਹਿਬ ਪਹਿਲਾਂ ਆਪਣੇ ਚੀਫ ਜਸਟਿਸ ਦੇ ਖਿਲਾਫ ਏਡੀ ਵੱਡੀ ਪ੍ਰੈਸ ਕਾਨਫਰੰਸ ਦੀ ਅਗਵਾਈ ਕਰਨ ਔਰ ਕਹਿਣ ਕਿ ਚੀਫ ਜਸਟਿਸ ਜਿਸ ਤਰ੍ਹਾਂ ਕਰ ਰਿਹਾ ਬੜੇ ਨਾਜਿਕ ਕੇਸਾਂ ਸੀਰੀਅਸ ਕੇਸਾਂ ਦੇ ਵਿੱਚ ਆ ਕੁਝ ਹੋ ਰਿਹਾ। ਉਹਦੇ ਤੋਂ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਰਾ। ਦੇ ਬਾਅਦ ਵਿੱਚ ਰਿਟਾਇਰ ਹੋਣ ਲੱਗਿਆਂ ਚਾਰ ਛੇ ਫੈਸਲੇ ਇਹੋ ਜੇ ਕਰ ਦੇਣ ਜਿਨ੍ਹਾਂ ਦੇ ਉੱਤੇ ਲੋਕਾਂ ਦੀ ਤਸੱਲੀ ਨਾ ਹੋਵੇ ਤੇ ਰਿਟਾਇਰ ਹੁੰਦੇ ਸਾਰੇ ਜਾ ਕੇ ਸੁਪਰੀਮ ਕੋਰਟ 'ਚ ਬਹਿ ਜਾਣ ਮਾਫ ਕਰਨਾ ਉਹਦੇ ਨਾਲ ਵੀ ਸਵਾਲ ਉੱਠਦੇ ਆ ਮੇਰੇ ਇਕੱਲੇ ਦੇ ਮਨ 'ਚ ਨਹੀਂ ਸਾਰੇ ਦੇਸ਼ ਦੇ ਲੋਕਾਂ ਦੇ ਮਨਾਂ 'ਚ ਸਵਾਲ ਉੱਠਦੇ ਪਿਆ ਜਿੰਨ੍ਹਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਡੈਮੋਕ੍ਰੇਸੀ 'ਚ ਸਾਨੂੰ ਇਹ ਜਵਾਬ ਮੰਗਣ ਦਾ ਵੀ ਅਧਿਕਾਰ ਨਹੀਂ ਰਹਿ ਜਾਵੇਗਾ ਕਿ ਅਸੀਂ ਪੁੱਛ ਨਹੀਂ ਸਕਾਂਗੇ ਕਿ ਜਿਹੜੀਆਂ ਅਦਾਲਤਾਂ ਨੇ ਇਹ ਜਿਹੜੇ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਜਿਹੜੀਆਂ ਪਾਰਲੀਮੈਂਟਾਂ ਤੇ ਅਸੈਂਬਲੀਆਂ ਚੱਲਦੀਆਂ ਨੇ ਇਹ ਸਾਡੇ ਲੋਕਾਂ ਦੇ ਟੈਕਸਾਂ ਵਿੱਚੋਂ ਚੱਲਦੀਆਂ ਜੇ ਲੋਕਾਂ ਦੇ ਦਿੱਤੇ ਟੈਕਸਾਂ ਵਿੱਚੋਂ ਚੱਲਦੀਆਂ ਨੇ ਤੇ ਕੀ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਨਹੀਂ ਕਿ ਲੋਕਾਂ ਦੇ ਹੱਕਾਂ ਬਾਰੇ ਇਹ ਅਦਾਲਤਾਂ ਇਹ ਪਾਰਲੀਮੈਂਟ ਇਹ ਅਸੈਂਬਲੀ ਸੋਚਣ ਦੀ ਥਾਂ ਬਹੁਤ ਸੰਪਤੀ ਦੇ ਧੱਕੇ ਨਾਲ ਫੈਸਲੇ ਕਿਉਂ ਕੀਤੇ ਜਾ ਰਹੇ ਨੇ ਇਹ ਕਿਉਂ ਪੁੱਛਿਆ ਨਹੀਂ ਜਾ ਰਿਹਾ ਇਹੋ ਜਿਹੇ ਬਹੁਤ ਸਾਰੇ ਸਵਾਲ ਨੇ ਜਿਹੜੇ ਆਮ ਲੋਕਾਂ ਦੇ ਮਨਾਂ 'ਚ ਆਉਂਦੇ ਪਏ ਨੇ ਪਰ ਉਹਨਾਂ ਦਾ ਕਿਸੇ ਪਾਸੇ ਤੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਮਾਫ ਕਰਨਾ ਮੈਂ ਹੁਣ ਫੇਰ ਆਉਣ ਲੱਗਾ ਉਸੇ ਲਖੀਮਪੁਰ ਖੇੜੀ ਦੀ ਘਟਨਾ ਵੱਲ ਇਸ ਵੇਲੇ ਵੀਡੀਓ ਚੱਲਦੀ ਪਈ ਜਿਹਨੇ ਸੁਣਨੀ ਆ ਸੁਣ ਲਓ ਜਿਹਨੇ ਨਹੀਂ ਸੁਣਨੀ ਉਹਨੂੰ ਕੋਈ ਬਧੋ ਬਦੀ ਸੁਣਾ ਨਹੀਂ ਸਕਦਾ ਵਿਖਾ ਨਹੀਂ ਸਕਦਾ ਜਿਹਦੇ ਵਿੱਚ ਭਾਰਤ ਸਰਕਾਰ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਇਹ ਕਹਿੰਦਾ ਕਿ ਮੈਨੂੰ ਸਿਰਫ ਐਮਪੀ ਤੇ ਕੇਂਦਰੀ ਮੰਤਰੀ ਨਾ ਸਮਝਿਓ ਮੈਂ ਮੰਤਰੀ ਪਾਰਲੀਮੈਂਟ ਮੈਂਬਰ ਤੇ ਵਿਧਾਇਕ ਬਣਨ ਤੋਂ ਪਹਿਲਾਂ ਜੋ ਸਾਂ ਤੁਹਾਨੂੰ ਪਤਾ ਤੇ ਜੇ ਮੈਂ ਇਸ ਚੁਣੌਤੀ ਨੂੰ ਕਬੂਲ ਕਰ ਲਿਆ ਨਾ ਜਿਹੜੀ ਮੇਰੇ ਸਾਹਮਣੇ ਪੇਸ਼ ਕੀਤੀ ਜਾ ਰਹੀ ਆ ਆ ਜਿਹੜੇ ਇੱਥੇ ਫਿਰਦੇ ਆ ਇਹ ਲਖੀਮਪੁਰ ਖੇਰੀ ਦੇ ਨੇੜੇ ਤੇੜੇ ਰਹਿ ਨਹੀਂ ਜਾਣਗੇ ਇਹ ਧਮਕੀਆਂ ਨੇ ਕਿਹਨੂੰ ਦਿੱਤੀ ਸੀ ਉਸ ਧਮਕੀ ਤੋਂ ਬਾਅਦ ਉਹਦਾ ਪੁੱਤਰ ਉਸ ਧਮਕੀ ਤੇ ਅਮਲ ਕਰਨ ਵਾਸਤੇ ਨਿਕਲ ਆ ਉਸ ਅਮਲ ਦੀਆਂ ਵੀਡੀਓ ਆਈਆਂ ਪਈਆਂ ਨੇ ਸਾਰੇ ਲੋਕਾਂ ਨੇ ਵੇਖ ਲਈਆਂ ਨੇ ਕੀ ਉਹ ਲੋਕਾਂ ਨੇ ਨਹੀਂ ਵੇਖਣੀਆਂ ਸੀ ਕਿ ਉਹਨਾਂ ਨੇ ਬਿਲਕੁਲ ਨਹੀਂ ਵੇਖਣੀਆਂ ਜਿਨ੍ਹਾਂ ਨੇ ਇਨਸਾਫ ਦੇਣਾ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਜਾਂ ਫਿਰ ਇਹ ਕਿ ਇਸ ਦੇਸ਼ ਦੇ ਵਿੱਚ ਇਨਸਾਫ ਦੇ ਮਾਮਲੇ ਵਿੱਚ ਇੱਥੇ ਵੀ ਜਿਸकी लाठी ਉਸ ਦੀ ਬਾਂਸ ਚੱਲਦੀ ਪਈ ਹੈ ਕਿ ਦੇਸ਼ ਦੇ ਲੋਕਾਂ ਨੂੰ ਭੁੱਲ ਗਿਆ ਕਿ ਦੇਸ਼ ਦੇ ਇੱਕ ਜੱਜ ਨੇ ਇੱਕ ਬਹੁਤ ਵੱਡੇ ਬੰਦੇ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ ਉਹ ਬੰਦਾ ਦੇਸ਼ ਦੇ ਸਿਖਰਲੇ ਦੋ ਬੰਦਿਆਂ ਚੋਂ ਇੱਕ ਬੰਦਾ ਸੀ ਤੇ ਨਤੀਜਾ ਕੀ ਨਿਕਲਿਆ ਇਹ ਤਾਂ ਉਸ ਜੱਜ ਲੋਇਆ ਦੇ ਪਰਿਵਾਰ ਵਾਲੇ ਜਾਣਦੇ ਹੋਣਗੇ ਨਾ ਜੱਜ ਲੋਇਆ ਦੇ ਕੇਸ ਦਾ ਕੀ ਬਣਿਆ ਕਿਉਂ ਹੋ ਗਿਆ ਇਦਾਂ ਦੇ ਕਿੰਨੇ ਸਾਰੇ ਕੇਸ ਨੇ ਇਹ ਕਿੰਨੇ ਸਾਰੇ ਮਾਮਲੇ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਆ ਜਿਹੜੀ ਹੁਣ ਲਖੀਮਪੁਰ ਖੀਰੀ ਦੀ ਘਟਨਾ ਹੋਈ ਆ ਇਹਦੇ ਵਿੱਚ ਉਥੇ ਇੱਕ yogi purush ਆ ਆਪਣੇ ਆਪ ਨੂੰ ਸੰਤ ਪੁਰਸ਼ ਕਹਿੰਦਾ ਸਿਰਫ ਚੋਲਾ ਪਾ ਲੈਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ ਉਹਦੀ ਸੰਤਗਰੀ ਉਹਦੇ ਅਮਲਾਂ ਚੋਂ ਦਿਸਣੀ ਚਾਹੀਦੀ ਅਮਲਾ ਚੋ ਸੰਤਗਰੀ ਕਿਉਂ ਨਹੀਂ ਦਿਸਰੀ ਏਡੀ ਵੱਡੀ ਘਟਨਾ ਹੋ ਜਾਣ ਤੋਂ ਬਾਅਦ ਵੀ ਉਹ ਸੰਤ ਅਸਲੀ ਮੁੱਦੇ ਤੇ ਆਉਣ ਦੀ ਥਾਂ ਸਿਰਫ ਮੁਆਵਜ਼ੇ ਦੇ ਪੈਸੇ ਦੇ ਕੇ ਸਾਰਨਾ ਚਾਹੁੰਦਾ ਔਰ ਉਹਦੇ ਵਾਸਤੇ ਸਾਰਾ ਪ੍ਰਸ਼ਾਸਨ ਸਾਰਾ ਤੰਤਰ ਲੱਗਾ ਪਿਆ ਇਥੇ ਸਾਰੇ ਮੁੱਦੇ ਨੂੰ ਹਾਈਜੈਕ ਕਰਨ ਉਹਨੂੰ ਵਰਗਲਾਉਣ ਦੇ ਯਤਨ ਹੋ ਰਹੇ ਨੇ ਜਦੋਂ ਇਹੋ ਜੇ ਯਤਨ ਹੋ ਰਹੇ ਨੇ ਤੇ ਸਵਾਲ ਇਹ ਨਹੀਂ ਕਿ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਜਤਿੰਦਰ ਪੰਨੂ ਆਪਣੇ ਸਿਰ ਵਿੱਚੋਂ ਨਿਕਲੇ ਸਵਾਲਾਂ ਦੇ ਆਪੇ ਹੀ ਜਵਾਬ ਦੇਣ ਲੱਗ ਪਿਆ ਇਹ ਮੈਂ ਨਹੀਂ ਜਵਾਬ ਦੇ ਰਿਹਾ ਇਹ ਸਵਾਲ ਮੇਰੇ ਨਹੀਂ ਇਹ ਸਵਾਲ ਦੇਸ਼ ਦੇ ਆਮ ਆਦਮੀ ਦੇ ਨੇ ਇਹ ਸਵਾਲ ਉਹਨਾਂ ਲੋਕਾਂ ਦੇ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਸਤਿਆਗ੍ਰਹਿਾਂ ਚ ਹਿੱਸਾ ਲਿਆ ਸੀ ਉਹਨਾਂ ਦੇ ਬੱਚਿਆਂ ਦੇ ਨੇ ਜਿਨ੍ਹਾਂ ਲੋਕਾਂ ਦੇ ਵੱਡੇ-ਵਡੇਰਿਆਂ ਨੇ ਜ਼ਮੀਨਾਂ কুরਕ ਕਰਵਾਈਆਂ ਪੂਰੇ-ਪੂਰੇ ਪਰਿਵਾਰ ਅੰਗਰੇਜ਼ਾਂ ਦੀ ਪੁਲਿਸ ਦੀਆਂ ਲਾਠੀਆਂ ਖਾਂਦੇ ਰਹੇ ਜੇਲਾਂ ਕੱਟਦੇ ਰਹੇ ਜਿਨ੍ਹਾਂ ਦੇ ਵੱਡਿਆਂ ਨੇ ਅੰਡੇਮਾਨ ਨਿਕੋਬਾਰ ਦੀਆਂ ਕਾਲੇ ਪਾਣੀ ਦੀਆਂ ਜ਼ਿਲਾਂ ਭੁਗਤੀਆਂ ਸਨ ਇਹ ਸਵਾਲ ਉਹਨਾਂ ਦੇ ਨੇ ਕਿ ਕੀ ਸਾਨੂੰ ਹੁਣ ਪ੍ਰਦਰਸ਼ਨ ਕਰਨ ਦਾ ਵੀ ਅਧਿਕਾਰ ਨਹੀਂ ਇਹ ਮੇਰੇ ਵਾਸਤੇ ਬਹੁਤ ਹੈਰਾਨੀ ਵਾਲੀ ਗੱਲ ਹੈ ਜਦੋਂ ਇਹ ਪੁੱਛਿਆ ਜਾਂਦਾ ਆ ਹਿੰਦੀ ਦੇ ਅਖਬਾਰ ਵਿੱਚ ਛਪਿਆ ਸੁਪਰੀਮ ਕੋਰਟ ਨੇ ਜੰਤਰ ਮੰਤਰ ਪਰ ਸत्याग्रह की इजाजत मांग रहे किसान महापंचायत से कहा कि कोर्ट पहले इस कानूनी सवाल पर विचार करेगा ਕਿ ਕਿਹੜਾ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਪੂਰਨ ਅਧਿਕਾਰ ਹੈ ਲੋਕਤੰਤਰ ਦੇ ਵਿੱਚ ਜੇ ਇਸ ਗੱਲ ਦੇ ਉੱਤੇ ਵੀ ਵਿਚਾਰ ਹੋਣੀ ਹੈ ਕਿ ਇੱਥੇ ਪੂਰਨ ਅਧਿਕਾਰ ਹੈ ਕਿ ਨਹੀਂ ਫਿਰ ਵਿਚਾਰ ਅੱਜ ਕਿਉਂ ਹੋਣ ਲੱਗੀ ਹੈ ਜਦੋਂ ਅੰਨਾ ਹਜਾਰੇ ਉੱਥੇ ਦਿੱਲੀ ਚ ਬੈਠਾ ਸੀ ਉਹਦਾ ਮਰਨ ਵਰਤ ਚੱਲਦਾ ਪਿਆ ਸੀ ਰਾਤ 10 ਵਜੇ ਤੋਂ ਬਾਅਦ ਤੱਕ ਪਾਰਲੀਮੈਂਟ ਬੈਠੀ ਰਹੀ ਸੀ ਫਿਰ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਸੀ ਮਤਾ ਪਾਸ ਕਰਕੇ ਇੱਕ ਕੇਂਦਰੀ ਕੈਬਨਟ ਮੰਤਰੀ ਵਿਲਾਸ ਰਾਓ ਦੇਸ਼ਮukh ਨੂੰ ਭੇਜਿਆ ਗਿਆ ਉਹ ਪ੍ਰਦਰਸ਼ਨ ਕਰਦੇ ਲੋਕਾਂ ਦੇ ਵਿਚਾਲਿਆਂ ਦੀ ਲੰਕ ਸਟੇਜ ਤੇ ਗਿਆ ਜਾ ਕੇ ਉਹਨੇ ਅੰਨਾ ਹਜ਼ਾਰੇ ਦੇ ਦੋਵਾਂ ਪੈਰਾਂ ਨੂੰ ਵਾਰੀ-ਵਾਰੀ ਹੱਥ ਲਾ ਕੇ ਆਸ਼ੀਰਵਾਦ ਲਿਆ ਤੇ ਮੁੜ ਕੇ ਉਹਨੇ ਦੇਸ਼ ਦੀ ਪਾਰਲੀਮੈਂਟ ਵੱਲੋਂ ਪਾਸ ਕੀਤਾ ਮਤਾ ਪਾਸ ਜਿਹੜਾ ਉੱਥੇ ਪੜ੍ਹ ਕੇ ਸੁਣਾਇਆ ਸੀ ਲੋਕਤੰਤਰ ਦੇ ਵਿੱਚ ਲੋਕ ਸਭਾ ਦੇਸ਼ ਦੀ ਪਾਰਲੀਮੈਂਟ ਉਹ ਜਿਹੜੀਆਂ ਗੱਲਾਂ ਦਾ ਫੈਸਲਾ ਕਰਦੀ ਹੁੰਦੀ ਹੈ ਉਦੇ ਵਾਸਤੇ ਦੇਸ਼ ਦੇ ਅਟਾਰਨੀ ਜਨਰਲ ਨੇ ਜਾ ਕੇ ਇਹ ਕਹਿਤਾ ਜਿਹੜੇ ਉਹਨੇ ਲਫ਼ਜ਼ ਆਖੇ ਆ ਲਖੀਮਪੁਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਭੂਖ ਵਿੱਚ ਅਜੇਹੇ ਅਜੇਹੇ ਕਿਸੇ ਵੀ ਅੰਦੋਲਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਪ੍ਰਦਰਸ਼ਨ ਹੀ ਕਰਨੇ ਆ ਤੇ ਫਿਰ ਉਹਦੀ ਇਜਾਜ਼ਤ ਹੋਣੀ ਚਾਹੀਦੀ ਹੈ ਜਿਹੜਾ ਦਸਹਿਰੇ ਵਾਲੇ ਦਿਨ ਮੋਢੇ ਦੇ ਉੱਤੇ ਹਥਿਆਰ ਰੱਖ ਕੇ ਕੀਤਾ ਜਾਂਦਾ ਇਹ ਸਵਾਲ ਬਹੁਤ ਵੱਡਾ ਇਸ ਵਾਰ ਲੋਕਤੰਤਰ ਦੇ ਸਾਹਮਣੇ ਸਵਾਲੀਆ ਨਿਸ਼ਾਨ ਖੜੇ ਕਰਨ ਵਾਲਾ ਇਹਦੇ ਉੱਤੇ ਦੇਸ਼ ਦੇ ਲੋਕਾਂ ਨੂੰ ਸੋਚਣਾ ਪਏਗਾ ਮੈਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਾ ਕੇ ਜਿੱਥੇ ਮਕਾਉਣਾ ਚਾਹਨਾ ਸਾਡੇ ਇੱਕ ਪੰਜਾਬੀ ਗਜ਼ਲਗੋ ਬਹੁਤ ਵੱਡੇ ਲੇਖਕ ਉਲਫਤ ਬਾਜਵਾ ਨੇ ਦੋ ਗੱਲਾਂ ਲਿਖੀਆਂ ਇੱਕ ਤਾਂ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਕਹਿਣੀ ਚਾਹਨਾ ਨਿਕਲਾਓ ਤੁਸੀਂ ਭਾਣੇ ਦੀ ਦਲਦਲ ਚੋਂ ਨਿਕਲਾਓ ਮੁਸੀਬਤ ਮਾਰਿਓ ਲੋਕੋ ਮੁਸੀਬਤ ਜਰਦਿਓ ਲੋਕੋ ਤੇ ਦੂਸਰੀ ਗੱਲ ਉਹਨੇ ਉਹਨਾਂ ਨੂੰ ਆਖੀ ਸੀ ਜਿਹੜੇ ਰਾਜ ਚਲਾ ਰਹੇ ਨੇ ਤੁਹਾਡੇ राम राज ਅੰਦਰ ਕਦ ਅਸਲੀ राम राज ਆਊ ਕਿਰਾ ਤੋਂ ਰਾਮ ਲੀਲਾ ਦੇ ਡਰਾਮੇ ਕਰਦੇ ਲੋਕੋ ਡਰਾਮੇ ਕਰਦੇ ਲੋਕੋ ਮੈਂ ਪੁੱਛਣਾ ਚਾਹਣਾ ਕਿ ਰਾਮ ਦਾ ਨਾਂ ਲੈ ਕੇ ਰਾਮ ਦੇ ਦੇਸ਼ ਵਿੱਚ ਆ ਜੋ ਕੁਝ ਹੋ ਰਿਹਾ ਕੀ ਇਹਨੂੰ ਰਾਮ ਰਾਜ ਕਵਾਂਗੇ ਇਹ ਤੋਂ ਪਰੇ ਕੁਝ ਹੋ ਸਕਦਾ ਕਿ ਲੋਕ ਗੱਲਾਂ ਕਰਦੇ ਉਹਨਾਂ ਉੱਤੇ ਜੀਬ ਚਾੜ ਦਿੱਤੀ ਜਾਵੇ ਉਹਨਾਂ ਨੂੰ ਮਿੱਧ ਕੇ ਕੁਚਲ ਕੇ ਮਾਰ ਦਿੱਤਾ ਜਾਵੇ ਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਲੈ ਕੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਤੱਕ ਬੈਠੇ ਲੋਕ ਇਹ ਸਾਬਤ ਕਰਨ ਲੱਗ ਜਾਣ ਕਿ ਕਿਸਾਨ ਕਿਸਾਨ ਨਹੀਂ ਸਨ। ਇਹ ਅੱਤਵਾਦੀ ਸਨ। ਇਹ ਨਕਸਲੀ ਸਨ। ਉਹਨਾਂ ਦਾ ਕੇਂਦਰੀ ਮੰਤਰੀ ਮਹਾਰਾਸ਼ਟਰ ਚ ਜਾ ਕੇ ਖਲੋ ਕੇ ਆਖੇ ਇਹ ਤਾਂ ਪਾਕਿਸਤਾਨ ਦੇ ਏਜੰਟ ਸਨ। ਹਰਿਆਣਾ ਦਾ ਮੁੱਖ ਮੰਤਰੀ ਆਖੇ ਹਰ ਜ਼ਿਲ੍ਹੇ ਚ 5-500 7-700 ਬੰਦੇ ਲੱਠ ਮਾਰ ਇਕੱਠੇ ਕਰੋ। ਜੈਸੇ ਕੋ ਤੈਸਾ ਕਿਸਾਨਾਂ ਨਾਲ ਭਿੜਨ ਵਾਸਤੇ ਆਪਣੇ ਬੰਦਿਆਂ ਨੂੰ ਇਕਸਾਵੇ ਤੇ ਜੇ ਬੰਦਿਆਂ ਚ ਕੋਈ ਇਹ ਕਵੇ ਕਿ ਇਹਦੇ ਨਾਲ ਤਾਂ ਫਿਰ ਕੱਲ ਨੂੰ ਜੇਲ੍ਹ ਹੋ ਸਕਦੀ ਹੈ ਤੇ ਉਹਨਾਂ ਨੂੰ ਉਪਦੇਸ਼ ਦੇਵੇ ਕਿ ਜੇਲ੍ਹ ਦਾ ਕੀ ਹੈ ਤੁਸੀਂ ਜੇਲ੍ਹ ਜਾਓਗੇ ਲੀਡਰ ਬਣ ਜਾਓਗੇ ਬੜੀ ਛੇਤੀ ਲੀਡਰ ਬਣ ਜਾਓਗੇ ਜੇ ਲੋਕਤੰਤਰ ਦਾ ਨਾਂ ਹੈ ਤੇ ਫਿਰ ਜੋਕਤੰਤਰ ਕੀ ਹੁੰਦਾ ਇਹਨੂੰ ਜੋਕਤੰਤਰ ਦੋ ਕਿਸਮ ਦਾ ਹੁੰਦਾ ਹੈ ਕੰਗਰੇਜੀ ਦਾ ਜੋਕ ਵੀ ਲੋਕਤੰਤਰ ਦੇ ਨਾਂ ਤੇ ਮਜ਼ਾਕੀ ਹੋ ਸਕਦਾ ਤੇ ਦੂਸਰਾ ਇਹ ਕਿ ਲੋਕਾਂ ਨੂੰ ਛੱਡ ਕੇ ਜੋਕਾਂ ਨੂੰ ਪਾਲਣ ਵਾਲਾ ਜੋਗਤੰਤਰ ਕੀ ਹੋ ਸਕਦਾ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਮੁੜ ਮੁੜ ਕੇ ਮੇਰੇ ਸਾਹਮਣੇ ਵੀ ਉੱਠਦਾ ਸੀ ਤੁਹਾਡੇ ਸਾਹਮਣੇ ਵੀ ਉੱਠਦਾ ਹੋਵੇ ਦੇਸ਼ ਦੇ ਸਾਹਮਣੇ ਵੀ ਉੱਠਦਾ ਹੋਵੇ ਮੈਂ ਬੜੇ ਸਤਿਕਾਰ ਸਤ ਕਹਿਣਾ ਚਾਹੁੰਦਾ ਕਿ ਦੇਸ਼ ਦੀ ਸੁਪਰੀਮ ਕੋਰਟ ਸਭ ਤੋਂ ਵੱਡੀ ਹੈ ਸੁਪਰੀਮ ਕੋਰਟ ਸੁਪਰੀਮ ਹੁੰਦੀ ਹੈ ਸੁਪਰੀਮ ਕੋਰਟ ਨੂੰ ਇਸ ਵੇਲੇ ਇਹਨਾਂ ਮੁੱਦਿਆਂ ਦੇ ਉੱਤੇ ਰਾਹ ਵਿਖਾਉਣ ਦੀ ਲੋੜ ਸੀ ਸੁਪਰੀਮ ਕੋਰਟ ਤੋਂ ਲੋਕਾਂ ਨੂੰ ਆਸ ਸੀ ਪਰ ਸੁਪਰੀਮ ਕੋਰਟ ਇਹ ਆਖੇ ਕਿ ਜਦੋਂ ਮਸਲਾ ਸੁਪਰੀਮ ਕੋਰਟ ਤੇ ਆ ਗਿਆ ਉਸ ਵਕਤ ਤੁਸੀਂ ਇਹ ਅੰਦੋਲਨ ਕਿਉਂ ਕਰਦੇ ਪਏ ਹੋ ਤੇ ਲੋਕੀ ਇਹ ਪੁੱਛਣਗੇ ਕਿ ਇਸੇ ਸਾਲ 12 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਇਸ ਮਸਲੇ ਨਾਲ ਨਜਿੱਠਣ ਵਾਸਤੇ ਚਾਰ ਬੰਦਿਆਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ ਉਹ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ ਸੁਪਰੀਮ ਕੋਰਟ ਨੂੰ ਉਹ ਚਾਰੇ ਬੰਦੇ ਉਹ ਕਿਉਂ ਲੱਭੇ ਜਿਹੜੇ ਸਰਕਾਰ ਦੀ ਜੀ ਹਜ਼ੂਰੀ ਕਰਨ ਨੂੰ ਤਿਆਰ ਸਨ ਉਹ ਕਿਉਂ ਲੱਗਬੇ ਜਿਹੜੇ ਸਰਕਾਰ ਦੇ ਇਹਨਾਂ ਕਾਨੂੰਨਾਂ ਦੇ ਬਣਨ ਤੋਂ ਪਹਿਲਾਂ ਖਰੜੇ ਵੀ ਤਿਆਰ ਹੋਣ ਤੋਂ ਪਹਿਲਾਂ ਇਹਨਾਂ ਦੇ ਪੱਖ 'ਚ ਬੋਲਦੇ ਰਿਹਾ ਸਨ ਸਿਰਫ ਉਹੋ ਕਿਉਂ ਲੱਭੇ ਤੇ ਜੇ ਉਹੋ ਲੱਭੇ ਸਨ ਤੇ ਕਿਸਾਨ ਉਹਨਾਂ ਨੂੰ ਮੰਨ ਕਿੱਦਾਂ ਲੈਣ ਜੇ ਕਿਸਾਨਾਂ ਦੇ ਕੋਲ ਡੈਮੋਕਰੇਸੀ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਉਹਨਾਂ ਦਾ ਅਧਿਕਾਰ ਖੋਇਆ ਜਾ ਰਿਹਾ ਉਸ ਅਧਿਕਾਰ ਦੀ ਰਾਖੀ ਵਾਸਤੇ ਸੁਪਰੀਮ ਕੋਰਟ ਨੂੰ ਬੁਲਣਾ ਚਾਹੀਦਾ ਸੀ ਮਾਫ ਕਰਨਾ ਮੈਂ ਸੁਪਰੀਮ ਕੋਰਟ ਦਾ ਮਾਨ ਕਰਨਾ ਚਾਹੁੰਨਾ ਦੇਸ਼ ਦੀ ਮਾਨਯੋਗ ਇਸ ਨਿਆਂ ਵਿਵਸਥਾ ਦਾ ਮਾਨ ਕਰਨਾ ਚਾਹੁੰਨਾ ਇਸ ਦੇਸ਼ ਦੇ ਸਾਰੇ ਲੋਕ ਮਾਨ ਕਰਨਾ ਚਾਹੁੰਦੇ ਆ ਇਸ ਦੇਸ਼ ਦੇ ਸਾਰੇ ਲੋਕ ਸਤਿਕਾਰ ਕਰਨਾ ਚਾਹੁੰਦੇ ਆ ਸਤਿਕਾਰ ਕਰਾਇਆ ਨਹੀਂ ਕੀਤਾ ਜਾਂਦਾ ਮਾਨਯੋਗ ਜੱਜ ਸਾਹਿਬ ਦੇਸ਼ ਦੇ ਲੋਕ ਚਾਹੁੰਦੇ ਆ ਤੁਸੀਂ ਇਸ ਮੁੱਦੇ ਦੇ ਉੱਤੇ ਲੋਕਤੰਤਰ ਪ੍ਰਸ਼ਾਸਨ ਤੇ ਨਿਆਂ ਤੰਤਰ ਇਹਨਾਂ ਨੂੰ ਥੋੜਾ ਵੱਖ-ਵੱਖ ਰੱਖੇ ਇਸ ਲੋਕਤੰਤਰ ਦੇ ਚੌਥਾ ਪਾਵਾ ਜਿਹੜਾ ਮੀਡੀਆ ਦਾ ਉਹਨੂੰ ਪਾਸੇ ਰਹਿਣ ਦਿਓ ਜਿਹੜੇ ਪਾਕੀ ਦੇ ਤਿੰਨ ਪਾਵੇ ਆ ਉਹ ਜਿਹੜੀਆਂ ਤਿੰਨ ਧਿਰਾਂ ਨੇ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਜਿਹੜਾ ਵਿਧਾਨਪਾਲਿਕਾ ਦਾ ਕੰਮ ਹੈ ਜਿਹੜਾ ਕਾਰਜਪਾਲਿਕਾ ਦਾ ਕੰਮ ਹੈ ਉਹ ਉਹਨਾਂ ਤੱਕ ਰਹਿਣ ਦਿੱਤਾ ਜਾਵੇ ਤੇ ਠੀਕ ਹੈ ਜਿਹੜੇ ਬੰਦਿਆਂ ਜਾ ਕੇ ਉੱਥੇ ਕੇਸ ਕੀਤਾ ਉਹਨਾਂ ਨੇ ਅਸਲ 'ਚ ਕਿਸੇ ਮਹਾਪੰਚਾਇਤ ਨੇ ਇਸ ਕਰਕੇ ਕੇਸ ਨਹੀਂ ਕੀਤਾ ਕਿ ਉਹ ਪ੍ਰਦਰਸ਼ਨ ਦਾ ਅਧਿਕਾਰ ਚੋਂਦੀ ਆ ਇਹ ਵੀ ਹੋ ਸਕਦਾ ਕਿ ਜਿਹੜੇ ਪ੍ਰਦਰਸ਼ਨ ਕਰਦੇ ਪਏ ਆ ਉਹਨਾਂ ਦੇ ਖਿਲਾਫ ਉੱਥੇ ਖੜੇ ਹੋ ਕੇ ਕੋਈ ਨਾ ਕੋਈ ਫੈਸਲਾ ਇਹੋ ਜਿਹਾ ਕਰਵਾਉਣਾ ਚਾਹੁੰਦੀ ਹੋਵੇ ਜਿਹਨੂੰ ਲੈ ਕੇ ਕੱਲ ਨੂੰ ਆਖਿਆ ਜਾ ਸਕੇ ਲੋ ਇਹ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਕਹਿਣਾ ਵੀ ਨਹੀਂ ਮੰਨਦੇ ਇੱਥੇ ਹਾਥੀ ਦੇ ਦੰਦ ਖਾਣ ਦੇ ਹੋ ਰਿਹਾ ਵਿਖਾਉਣ ਦੇ ਹੋ ਰਿਹਾ ਉਹ ਜਿਹੜੇ ਖਾਣ ਦੇ ਦੰਦ ਤੇ ਵਿਖਾਉਣ ਦੇ ਦੰਦ ਦੋਵੇਂ ਕਿਸਮ ਦਾ ਫਰਕ ਹੈ ਉਹਨੂੰ ਨੋਟ ਕੀਤੇ ਬਿਨਾਂ ਦੇਸ਼ ਨਹੀਂ ਚੱਲ ਸਕਦਾ ਉਹ ਨੋਟ ਕਰਨਾ ਪਏਗਾ ਔਰ ਕਿਸਾਨ ਇੱਥੇ ਜੋ ਕੁਝ ਲੜਦੇ ਪਏ ਨੇ ਉਹ ਉਹਨਾਂ ਦਾ ਲੋਕਤੰਤਰੀ ਹੱਕ ਹੈ ਮੈਂ ਉਸ ਲੋਕਤੰਤਰੀ ਹੱਕ ਦੇ ਵਿੱਚ ਖਰੋ ਕੇ ਕਹਿਣਾ ਕਿ ਉਹਨਾਂ ਨੂੰ ਇਹ ਹੱਕ ਉਹਨਾਂ ਦਾ ਕੈਮਰਾਣਾ ਚਾਹੀਦਾ ਉਹਨਾਂ ਨੂੰ ਇਹ ਪ੍ਰਦਰਸ਼ਨ ਕਰਨ ਦੇਣਾ ਚਾਹੀਦਾ